ਉਹਨਾਂ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾ ਮੁਕਤ ਹੋਏ ਮੈਨੇਜਰ ਭੁਪਿੰਦਰ ਵਿੱਜ ਦੇ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਠੱਗਾਂ ਨੇ ਉਹਨਾਂ ਦੇ ਨਾਲ ਠੱਗੀ ਮਾਰੀ ਹੈ ਅਤੇ 10 ਲੱਖ ਰੁਪਏ ਉਹਨਾਂ ਦੇ ਖਾਤੇ 'ਚੋਂ ਉਡਾ ਲਏ ਨੇ। ਦਰਅਸਲ ਭੁਪਿੰਦਰ ਵਿੱਜ ਨੂੰ ਜਦੋਂ ਕਾਲ ਆਈ ਠੱਗਾਂ ਦੀ ਤਾਂ ਉਹਨਾਂ ਦੇ ਜਾਲ ਵਿੱਚ ਫਸ ਗਏ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਦੇ ਖਾਤੇ ਦੇ ਵਿੱਚੋਂ 10 ਲੱਖ ਰੁਪਏ ਟ੍ਰਾਂਸਫਰ ਕਰ ਲਏ ਗਏ ਨੇ। ਇਸ ਪੂਰੇ ਮਾਮਲੇ ਦੀ ਸ਼ਿਕਾਇਤ ਉਹਨਾਂ ਨੇ ਸਾਈਬਰ ਬ੍ਰਾਂਚ ਦੇ ਕੋਲ ਦਿੱਤੀ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੇਵਾ ਮੁਕਤ ਮੈਨੇਜਰ ਭੁਪਿੰਦਰ ਵਿੱਜ ਦੇ ਨਾਲ ਇਹ ਜੋ ਠੱਗੀ ਹੋਈ ਹੈ ਇਸ ਦੀ ਸ਼ਿਕਾਇਤ ਉਹਨਾਂ ਨੇ ਸਾਈਬਰ ਸੈੱਲ ਦੇ ਕੋਲ ਦਿੱਤੀ ਹੈ। ਸਾਈਬਰ ਸੈੱਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਸੇਵਾ ਮੁਕਤ ਮੈਨੇਜਰ ਭੁਪਿੰਦਰ ਵਿੱਜ ਨੂੰ ਜਦੋਂ ਠੱਗਾਂ ਦੀ ਕਾਲ ਆਈ ਤਾਂ ਉਹ ਉਹਨਾਂ ਦੇ ਜਾਲ ਵਿੱਚ ਇਸ ਤਰ੍ਹਾਂ ਫਸ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗਿਰੋਹ ਦੇ ਜਾਲ ਵਿੱਚ ਫਸ ਗਏ ਨੇ। ਇਹਨਾਂ ਠੱਗਾਂ ਨੇ ਉਦੋਂ ਤੱਕ 10 ਲੱਖ ਰੁਪਏ ਟ੍ਰਾਂਸਫਰ ਕਰ ਲਏ ਸੀ। ਸ਼ਿਕਾਇਤ ਸਾਈਬਰ ਸੈੱਲ ਕੋਲ ਗਈ ਤਾਂ ਉਦੋਂ ਤੱਕ ਠੱਗ ਬਹੁਤ ਹੀ ਤਰੀਕਿਆਂ ਦੇ ਨਾਲ ਇਹ ਰਕਮ ਕਢਵਾਉਣ ਦੇ ਵਿੱਚ ਕਾਮਯਾਬ ਹੋ ਚੁੱਕੇ ਸੀ। ਪੀੜਤ ਮੈਨੇਜਰ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਖੰਨਾ ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ। ਮੈਂ ਦੁਪਹਿਰੇ 3 ਵਜੇ ਬੈਠਾ ਸੀ ਅਤੇ ਇੱਕ ਕ੍ਰੈਡਿਟ ਕਾਰਡ ਐਪਲੀਕੇਸ਼ਨ ਸੀ, ਉਸਨੂੰ ਕਲਿੱਕ ਕੀਤਾ ਗਿਆ ਮੇਰੇ ਕੋਲੋਂ ਗਲਤੀ ਨਾਲ, ਅਤੇ ਉਸਦੇ ਵਿੱਚ ਫਿਰ ਉਸ ਤੋਂ ਬਾਅਦ ਮੈਨੂੰ ਕਾਲ ਆਈ ਇੱਕ, ਜਿਹਦੇ ਵਿੱਚ ਉਸਨੇ ਮੈਥੋਂ ਸੈਟਿੰਗ ਚੇਂਜ ਕਰਵਾਈਆਂ ਕੁਛ, ਅਤੇ ਮੇਰਾ ਸਕਰੀਨ ਸ਼ੇਅਰ ਕਰਵਾ ਲਿਆ। ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀਗੀ, ਅਤੇ ਉਸ ਤੋਂ ਬਾਅਦ ਮੇਰੇ ਨਾਲ ਉਹਨੇ ਕੀ ਕੀਤਾ ਕਿ ਮੈਨੂੰ ਕਹਿੰਦਾ 2-3 ਘੰਟੇ ਬਾਅਦ ਤੁਹਾਡਾ ਨਾ ਕ੍ਰੈਡਿਟ ਕਾਰਡ ਤੁਹਾਨੂੰ 2-3 ਦਿਨਾਂ ਬਾਅਦ ਮਿਲ ਜਾਏਗਾ, ਸਾਰਾ ਕੰਪਲੀਟ ਹੋ ਜਾਏਗਾ। ਇਸ ਦੌਰਾਨ ਉਹਨਾਂ ਨੇ ਕੀ ਕੀਤਾ, ਮੇਰੇ ਨਾਂ 'ਤੇ ਇੱਕ ਪੈਨਸ਼ਨ ਲੋਨ ਲੈ ਕੇ 8 ਲੱਖ ਰੁਪਏ ਦਾ ਮੇਰੇ ਖਾਤੇ 'ਚ ਜਮ੍ਹਾਂ ਕੀਤਾ, ਅਤੇ ਮੇਰੇ ਖਾਤੇ 'ਚ ਜਿਹੜੇ ਪੈਸੇ ਪਏ ਸੀ ਉਹਦੇ ਵਿੱਚੋਂ ਵੀ ਕਢਾ ਲਿੱਤੇ ਗਏ। ਮੇਰੇ ਕੋਲ 2 ਖਾਤੇ ਨੇ, ਇੱਕ 'ਚੋਂ 1 ਲੱਖ ਰੁਪਇਆ ਕਢਾਇਆ, ਇੱਕ 'ਚੋਂ 9 ਲੱਖ ਰੁਪਇਆ ਕਢਾਇਆ। ਇਸ ਤਰ੍ਹਾਂ 10 ਲੱਖ ਰੁਪਏ ਦਾ ਫਰੋਡ ਕਰ ਲਿਆ। ਉਹ ਉਹਦੇ ਵਿੱਚੋਂ ਉਹਨਾਂ ਨੇ ਇੱਕ IMBS ਕੀਤੀ, IMPS ਕੀਤੀ, ਇੱਕ ਕੀਤੀ ਨੈਫਟ, 3 ਕੀਤੀਆਂ ਨੈਫਟ, 4 ਲੱਖ, 3 ਲੱਖ, 2 ਲੱਖ ਅਤੇ 1 ਲੱਖ ਦੀ। ਟੋਟਲ ਕਿੰਨੇ ਠੱਗੀ ਕੀਤੀ? 10 ਲੱਖ ਰੁਪਏ ਦੀ। ਜਿਹੜਾ ਪੂਰਾ ਪ੍ਰੋਸੀਜਰ ਇਹ ਕਹਿ ਰਹੇ ਹੋ ਤੁਸੀਂ ਕਿ ਕਾਲ ਕਰਨ ਤੋਂ ਲੈ ਕੇ ਸਕਰੀਨ ਸ਼ੇਅਰ ਹੋਈ, ਫਿਰ ਔਨਲਾਈਨ ਲੋਨ ਵੀ ਅਪਲਾਈ ਹੋਇਆ, ਕਿੰਨਾ ਸਮਾਂ ਇਹਨਾਂ ਠੱਗਾਂ ਨੇ ਲਾਇਆ? ਇਹ ਤਕਰੀਬਨ 29 ਮਿੰਟ ਉਹਨਾਂ ਨੇ ਲਾਇਆ। ਕਿਸ ਤਰ੍ਹਾਂ ਉਹਨਾਂ ਨੇ ਆਪ ਹੀ ਅਪਲਾਈ ਕੀਤਾ ਲੋਨ? ਉਹਨਾਂ ਨੇ ਆਪ ਹੀ ਕੀਤਾ। ਅਤੇ ਇੱਕ ਬੜੀ ਹੈਰਾਨੀਜਨਕ ਜਿਹੜੀ ਫੈਕਟ ਸਾਹਮਣੇ ਆਇਆ ਕਿ ਜਿਹੜਾ ਔਨਲਾਈਨ ਲੋਨ ਅਪਲਾਈ ਹੁੰਦਾ ਵਾ ਅਤੇ ਉਹਦੀ ਕੀਮਤ ਕਿੰਨੀ ਸੀ ਅਤੇ ਉਹ ਕਿੰਨੇ ਮਿੰਟ 'ਚ ਬੈਂਕ ਨੇ ਪਾਸ ਕਰਤਾ? ਉਹ ਬੈਂਕ ਦਾ ਤਾਂ ਕੀ ਹੈ, ਮੇਰਾ ਸਿਵਲ ਜਿਹੜਾ ਚੈੱਕ ਹੋਇਆ 6:10 ਜਾਂ 11 ਮਿੰਟ 'ਤੇ ਹੋਇਆ, ਉਸ ਤੋਂ ਬਾਅਦ 6:15 ਅਤੇ ਜਾਂ 6:20 'ਤੇ ਲੋਨ ਵੀ ਹੋ ਚੁੱਕਿਆ। ਇੰਨੇ ਚਿਰ 'ਚ ਕਿੰਨੀ ਅਮਾਊਂਟ ਦਾ? 8 ਲੱਖ ਦਾ। ਇੰਨੀ ਵੱਡੀ ਅਮਾਊਂਟ ਆ, ਕੋਈ ਬੈਂਕ ਨੇ ਵੈਰੀਫਿਕੇਸ਼ਨ ਜਾਂ ਤੁਹਾਨੂੰ ਕੋਈ SMS ਬੰਦੇ ਨਾਲ ਕੋਈ OTP ਜਾਂ ਕੋਈ ਇੱਦਾਂ ਦੀ ਗੱਲਬਾਤ ਹੋਈ? ਨਹੀਂ, ਕੋਈ ਗੱਲ ਨਹੀਂ ਹੋਈ।